ਅੱਜ ਅਸੀਂ ਖੜ੍ਹੇ ਹਾਂ ਪਿੰਡ ਭੰਮੀਪੁਰਾ ਕਲਾਂ ਵਿੱਚ, ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾਂ ਵਿੱਚ ਪੈਂਦਾ। ਹਮੇਸ਼ਾ ਦੀ ਤਰ੍ਹਾਂ ਮਿਲਾ ਰਹੇ ਹਾਂ ਇੱਕ ਨਵੇਂ ਚਿਹਰੇ ਨੂੰ, ਇੱਕ ਪੰਜਾਬੀ ਲੋਕ ਗਾਇਕ ਨੂੰ। ਉਹਨਾਂ ਨੇ ਆਪਣੇ ਦੌਰ ਵਿੱਚ ਆਪਣੀ ਲੋਕ ਗਾਇਕੀ ਨਾਲ ਪੰਜਾਬੀ ਇੰਡਸਟਰੀ ਦੀ ਝੋਲੀ ਵਿੱਚ ਕਾਫੀ ਕਿਸ਼ਤਾਂ ਪਾਈਆਂ। ਉਹਨਾਂ ਨੇ ਆਪਣੀ ਗਾਇਕੀ ਅਤੇ ਲੇਖਕੀ ਨੂੰ ਰੂਹ ਦੀ ਖੁਰਾਕ ਬਣਾ ਕੇ ਰੱਖਿਆ। ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੀ ਕਲਾ ਬਰਕਰਾਰ ਰੱਖਣਾ ਬਹੁਤ ਹੀ ਵੱਡੀ ਗੱਲ ਹੈ। ਹਰਪਾਲ ਹੀਰਾ ਜੀ ਹਮੇਸ਼ਾ ਹੀ ਸਰੋਤਿਆਂ ਦੇ ਰੂਬਰੂ ਹੁੰਦੇ ਰਹਿੰਦੇ ਨੇ, ਨਵੇਂ ਗੀਤਾਂ ਰਾਹੀਂ ਅਤੇ ਅਖਾੜਿਆਂ ਰਾਹੀਂ। ਅਤੇ ਚਲੋ ਜੀ, ਪਰ ਚੱਲਦੇ ਹਾਂ ਹਰਪਾਲ ਹੀਰਾ ਜੀ ਦੇ ਨਾਲ ਉਹਨਾਂ ਦੇ ਘਰ। ਲਖਵੀਰ ਸਿੰਘ ਜੀ ਹਾਰਮੋਨੀਅਮ ਮਾਸਟਰ, ਅਤੇ ਇਹ ਮੇਰਾ ਵੀਰ ਜੋਗਾ ਸਿੰਘ ਜੀ ਤਬਲਾ ਮਾਸਟਰ, ਅਤੇ ਮੇਰੇ ਵੀ ਤੁਹਾਡਾ ਜਾਣਾ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹਨਾਂ ਤੋਂ ਇਹਨਾਂ ਦੇ ਬਚਪਨ ਬਾਰੇ ਅਤੇ ਇਹਨਾਂ ਦੀ ਜਵਾਨੀ ਬਾਰੇ, ਅਤੇ ਇਹਨਾਂ ਨੇ ਕਿਵੇਂ ਲਿਖਣਾ ਸ਼ੁਰੂ ਕੀਤਾ ਅਤੇ ਕਿਵੇਂ ਗਾਉਣਾ ਸ਼ੁਰੂ ਕੀਤਾ, ਕੀ ਇਹਨਾਂ ਨੂੰ ਔਕੜਾਂ ਆਈਆਂ, ਅਤੇ ਉਹ ਅੱਜ ਇਹਨਾਂ ਤੋਂ ਆਪਾਂ ਜਾਣਦੇ ਹਾਂ। ਦੱਸੋ ਜੀ ਸਾਨੂੰ ਆਪਣੇ ਕੋਲ ਲੇਖਕੀ ਬਾਰੇ, ਕਿੱਥੋਂ ਸ਼ੁਰੂ ਕੀਤਾ, ਕਿਵੇਂ ਕੀਤਾ, ਅਤੇ ਕੀ ਕੀ ਤੁਹਾਨੂੰ ਪੜ੍ਹਾਈਆਂ। ਹਰ ਬੰਦੇ ਨੂੰ ਆਪਣਾ ਮੁਕਾਮ ਹਾਸਲ ਕਰਨ ਲਈ ਬਹੁਤ ਹੀ ਮੁਸ਼ਕਤਾਂ ਮਿਹਨਤਾਂ ਕਰਨੀਆਂ ਪੈਂਦੀਆਂ, ਅਤੇ ਉਹ ਆਪਾਂ ਸਾਰੇ ਜਾਣਦੇ ਹਾਂ, ਅਤੇ ਸਾਨੂੰ ਉਹਨਾਂ ਬਾਰੇ ਕੁਝ ਜਾਣਨਾ ਪਊ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਬਹੁਤ ਧੰਨਵਾਦੀ ਹਾਂ 28 Art Point ਚੈਨਲ ਦਾ, ਪ੍ਰਗਟ ਸਿੰਘ ਮੰਨ ਕੇ, ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਮੇਰੇ ਚੰਦ ਸ਼ਬਦਾਂ ਨੂੰ ਕਲਮਬੰਦ ਕਰਕੇ ਕੁਛ ਆਪਣੇ ਕੈਮਰਾ ਦੇ ਵਿੱਚ ਕੈਦ ਕਰਕੇ ਰੱਖਣ ਜਾਂ ਯੂਟਿਊਬ 'ਤੇ ਪਾ ਸਕਣ। ਮੈਂ ਬਹੁਤ ਧੰਨਵਾਦੀ ਹਾਂ। ਤੋ ਰਹੀ ਗੱਲ ਮੇਰੀ ਗਾਇਕੀ ਦੀ ਜਾਂ ਮੇਰੀ ਲੇਖਣੀ ਦੀ, ਸਭ ਤੋਂ ਪਹਿਲਾਂ ਮੈਂ ਲਿਖਣ ਲੱਗਿਆ ਸੀਗਾ, ਜ਼ਿਆਦਾ ਮੈਂ ਪੜ੍ਹ ਤਾਂ ਨਹੀਂ ਸਕਿਆ। ਤੋ ਉਸ ਤੋਂ ਬਾਅਦ ਮੈਂ ਲਿਖਣ ਦੀ ਕੋਸ਼ਿਸ਼ ਕੀਤੀ, ਮੈਂ ਹੋਰ ਆਰਟਿਸਟਾਂ ਨੂੰ ਸੁਣਦਾ ਸੀ, ਤਾਂ ਗੀਤ ਸੁਣਦਾ ਸੀ ਉਹਨਾਂ ਦੇ ਵਿੱਚੋਂ ਕਿਵੇਂ ਲਿਖਦੇ ਆ, ਕਿਉਂ ਲਿਖਦੇ, ਕਾਹਤੋਂ ਲਿਖਦੇ ਆ, ਜਾਂ ਕਿੰਨਾ ਇੰਨਾ ਵਧੀਆ ਕਿਵੇਂ ਲਿਖਦੇ ਆ, ਇਹਨਾਂ ਗੱਲਾਂ ਨੂੰ ਮੈਂ ਸੋਚਦਾ ਰਹਿੰਦਾ ਸੀ। ਤੋ ਮੈਂ ਸਭ ਤੋਂ ਪਹਿਲਾਂ ਫਿਰ ਲਿਖਣਾ ਸ਼ੁਰੂ ਕੀਤਾ। ਲਿਖਣ ਦਾ ਮੈਨੂੰ ਜ਼ਿਆਦਾ ਤਜਰਬਾ ਆਪਣੇ ਆਪ ਤਾਂ ਨਹੀਂ ਆ ਸਕਿਆ। ਤੋ ਉਸ ਤੋਂ ਬਾਅਦ ਫਿਰ ਮੈਂ ਲੁਧਿਆਣੇ ਚਲਾ ਗਿਆ। ਲੁਧਿਆਣੇ ਮੈਨੂੰ ਲੇਖਣੀ ਦਾ ਜਿਹੜਾ ਦੌਰ ਹੈ ਉਹ ਸਵਰਗੀ ਸਰਦਾਰ ਅਮਰ ਸਿੰਘ ਜੀ ਨੇ ਦਿੱਤਾ। ਬਹੁਤ ਹੀ ਨਾਮੀ ਕਲਾਕਾਰ ਜਿਹੜੇ ਹੋਰ ਨਿਬੜੇ ਨੇ, ਅਤੇ ਉਹਨਾਂ ਦੇ ਨਾਲ ਮੇਰੀ ਕਾਫੀ ਸੰਗਤ ਹੁੰਦੀ ਸੀ। ਅਤੇ ਉਸ ਤੋਂ ਬਾਅਦ ਮੇਰਾ ਜਿਹੜਾ ਪਹਿਲਾ ਗੀਤ 1982 ਦੇ ਵਿੱਚ ਰਿਕਾਰਡ ਹੋ ਚੁੱਕਾ ਸੀ, ਜੋ ਦੁਬਾਣਾ ਸੀ, ਔਰ ਉਹ ਜਗਤਾਰ ਸਿੰਘ ਧਰ ਦੇ ਜਗਵਿੰਦਰਾ ਲਵਲੀਤ ਨੇ ਗਾਇਆ। ਉਹ ਗੀਤ ਕਾਫੀ ਚੱਲਿਆ, ਬਾਹਰ ਵੀ ਚੱਲਿਆ, ਕੈਸਟਾਂ ਦੇ ਵਿੱਚ ਵੀ ਚੱਲਿਆ, ਲੇਕਿਨ ਉਹ ਪਹਿਲਾਂ ਮਿੰਨੀ LP ਇੱਕ 8 ਗੀਤ ਦਾ ਮਿੰਨੀ LP ਸੀ। ਹਾਂਜੀ ਹਾਂਜੀ, ਮਿੰਨੀ LP ਕਹਿੰਦੇ ਸੀ 8 ਗੀਤ ਦਾ, ਅਤੇ ਜਿਹੜਾ LP ਹੁੰਦਾ ਸੀ ਉਹ 12 ਗੀਤ ਦਾ। ਠੀਕ ਹੈ ਜੀ। ਇਹ ਮਿੰਨੀ LP ਦੇ ਵਿੱਚ ਆਇਆ ਸੀ, ਇਹਦੇ ਵਿੱਚ 8 ਗੀਤ ਸਨ। ਠੀਕ ਹੈ। ਤੋ ਉਹ ਉੱਥੋਂ ਮੈਂ, ਮੇਰੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਕਲਾਕਾਰਾਂ ਨੇ ਗੀਤ ਗਾਏ, ਜਿਵੇਂ ਅਵਤਾਰ ਚੰਕ ਹੋ ਗਿਆ, ਬਠਿੰਡੇ ਵਾਲਾ ਜਸਵੰਤ ਸਲੀਲਾ, ਸੁਰਿੰਦਰ ਮਾਨ, ਮਿਸ ਪੂਜਾ, ਸਾਰੇ ਨਾਮ ਹੀ ਸੀ ਜਿਨ੍ਹਾਂ ਨੇ ਕਾਫੀ ਕਲਾਕਾਰਾਂ ਨੇ ਮੇਰੇ ਗੀਤ ਗਾਏ। ਪ੍ਰਦੀਪ ਆਲਮ ਮੋਗੇ ਵਾਲਾ, ਉਹਨੇ ਵੀ ਗਾਏ। ਪ੍ਰੀਤ ਮਸੋਹੀ ਜੋ ਸਵਰਗਵਾਸ ਹੋ ਚੁੱਕੇ ਨੇ, ਉਹਨਾਂ ਨੇ ਵੀ ਮੇਰੇ ਗੀਤ ਗਾਏ। ਉਹ ਵੀ ਕਾਫੀ ਆਰਟਿਸਟਾਂ ਨੇ ਗਾਏ, ਜਿਵੇਂ ਹਰਭਜਨ ਭਵਰਾ, ਉਹਨਾਂ ਨੇ ਵੀ ਮੇਰੇ ਗੀਤ ਗਾਇਆ। ਲੇਕਿਨ ਇਹ ਮੈਂ ਜਿਹੜੀ ਮੇਰੀ ਲੇਖਣੀ ਦੀ ਦਾਸ ਸੀ ਉਹ ਮੈਨੂੰ ਚੁੱਕੀਦਾ ਗੀਤ ਹੋਈ ਹੈ। ਜਿਹੜੀ ਮੇਰੀ ਗਾਇਕੀ ਦਾ ਸਫ਼ਰ ਹੈ, ਤੋ ਮੈਂ ਬਹੁਤ ਹੀ ਰਿਣੀ ਹਾਂ, ਮਸ਼ਹੂਰ ਹਾਂ, ਧੰਨਵਾਦੀ ਹਾਂ ਮੇਰੇ ਗੁਰੂ ਜੀ, ਜਗਰਾਓਂ ਸ਼ਹਿਰ ਦੇ ਨਾਮੀ ਕਲਾਕਾਰ, ਪੰਜਾਬ ਦੇ ਵਿੱਚ ਕਾਫੀ ਉਹਨਾਂ ਦਾ ਨਾਂ ਹੈ, ਸਾਰਾ ਬਾਬਾ ਸਿੰਘ ਸਿੱਧੂ ਜੀ। ਉਹਨਾਂ ਦੇ ਨਾਲ ਮੈਂ ਕਾਫੀ ਟਾਈਮ ਸਟੇਜਾਂ ਕਰਦਾ ਰਿਹਾ, ਉਹਨਾਂ ਤੋਂ ਸਿੱਖਦਾ ਰਿਹਾ ਸੰਗੀਤ ਦੀਆਂ ਬਰੀਕੀਆਂ। ਉਹਨਾਂ ਨੇ ਮੈਨੂੰ ਲੈਕਚਰ ਬਾਰੇ, ਧਾਰਮਿਕ ਗੀਤਾਂ ਬਾਰੇ, ਧਾਰਮਿਕ ਗੀਤ ਲਿਖਣ ਬਾਰੇ ਵੀ ਦੱਸਿਆ, ਇਤਿਹਾਸ ਦਾ ਪੜ੍ਹਨ ਬਾਰੇ ਇਹ ਕੀ ਹੁੰਦਾ ਹੈ, ਇਤਿਹਾਸ ਬਾਰੇ ਮੈਨੂੰ ਬਹੁਤ ਕੁਝ ਦੱਸਿਆ। ਤੋ ਉਹਨਾਂ ਦੀ ਸੰਗਤ ਮੈਂ ਤਕਰੀਬਨ ਬਹੁਤ ਚਿਰ ਕਰੀ, ਤੋ ਅੱਜ ਵੀ ਉਹਨਾਂ ਦੇ ਮੈਂ ਜਦ ਵੀ ਕਦੇ ਮੌਕਾ ਮਿਲਦਾ ਮੈਂ ਉਹਨਾਂ ਦੇ ਦਰਸ਼ਨ ਕਰਕੇ ਆਉਂਦਾ। ਮੈਨੂੰ ਉਹਨਾਂ ਤੋਂ ਜਿਹੜਾ ਗਾਇਕੀ ਦਾ ਜਿਹੜਾ ਮੇਰਾ ਸਫ਼ਰ ਹੈ ਉਹ ਬਾਬਾ ਸਿੰਘ ਸਿੱਧੂ ਜੀ ਤੋਂ ਹੋਇਆ, ਅਤੇ ਕਲਮ ਦਾ ਮੇਰਾ ਲੇਖਣੀ ਦਾ ਸਫ਼ਰ ਜਿਹੜਾ ਸੀ ਉਹ ਚਮਕੀਲਾ ਜੀ ਤੋਂ ਸ਼ੁਰੂ ਹੋਇਆ। ਯਾਨੀ ਕਿ ਲਿਖਣ ਦੇ ਵਿੱਚ ਤੁਹਾਨੂੰ ਚਮਕੀਲਾ ਜੀ ਨੇ, ਸਦਾ ਅਮਰ ਸਿੰਘ ਚਮਕੀਲਾ ਜੀ ਨੇ ਤੁਹਾਨੂੰ ਉਂਗਲੀ ਫੜ ਕੇ ਚਲਾਉਣਾ ਜੀ, ਤੋਂ ਤੁਸੀਂ ਬਹੁਤ ਪ੍ਰਭਾਵਿਤ ਹੋਵੋਗੇ, ਤੁਹਾਡੇ ਸੁਣਨ ਵਾਲੇ ਬਹੁਤ ਪ੍ਰਭਾਵਿਤ ਹੋਣਗੇ। ਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੇਰੀ ਆਪਣੀ ਕਲਮ ਦੀ ਲਿਖੀ ਹੋਈ ਚੀਜ਼ ਹੈ
साहिब श्री गुरु नानक देव जी के इतिहास के विचों तारम गीत दे नाल मैं शुरुआत कर लगा ਉਹਨੇ ਫਿਰ ਗਾਂਹ ਬੰਦਿਆਂ ਦੇ ਨਾਲ ਗੱਲਬਾਤ ਕਰਕੇ ਅਤੇ
ਮਸ਼ਹੂਰ ਆਰਟਿਸਟ ਦੇ ਲੇਡੀਜ਼ ਆਰਟਿਸਟ ਸੁਖਵੰਤ ਕੌਰ ਸੁੱਖੀ ਜੀ ਦੇ ਨਾਲ ਮੇਰੀ ਪਹਿਲੀ ਕੈਸਟ ਦਿੱਲੀ ਦੀ ਕੰਪਨੀ ਐਨਮ ਕੰਪਨੀ ਨੇ ਰਹੀ ਔਰ ਉਹਦਾ ਟਾਈਟਲ ਸੀ ਜਵਾਨੀ ਤੇਰੇ ਉੱਪਰ ਠੀਕ ਹੈ ਉਹ ਗੁਲਾਬ ਸਿੰਘ ਢੋਲੀ ਕੋਲ ਔਰ ਉਹਨਾਂ ਨੇ ਗਾਹਾਂ ਆਪਣੇ ਜਿਹੜੇ ਸਮਕਾਲੀ ਉਹਨਾਂ ਦੇ ਯਾਰ ਦੋਸਤ ਸੀ ਮੈਂ ਤਾਂ ਜਾਣਦਾ ਨਹੀਂ ਸੀ ਉਹਨਾਂ ਨੂੰ ਅਤੇ ਪਰ ਫਿਰ ਵੀ ਮੇਰੇ ਉਹਨੇ ਸਹਿਯੋਗ ਦਿੱਤਾ ਅਤੇ ਅਸੀਂ ਰਲ ਮਿਲ ਕੇ ਉਹ ਕੈਸਟ ਕਰਵਾ ਪਹਿਲੇ ਇਨਸਾਨ ਉਹ ਆ ਤੁਹਾਨੂੰ ਤੁਹਾਡੀ ਪਹਿਲੀ ਕੈਸਟ ਰਿਲੀਜ਼ ਕਰਵਾਉਣ ਵਾਲੇ ਰਿਕਾਰਡ ਕਰਵਾਉਣ ਵਾਲੇ ਰਿਕਾਰਡ ਸੁਖਵੰਤ ਸੁੱਖੀ ਦੇ ਨਾਲ ਸੁੱਖੀ ਦੇ ਨਾਲ ਉਹ ਵੀ ਬਹੁਤ ਉਹ ਵੀ ਬਹੁਤ ਨਾਮੀ ਸਿੰਗਰ ਹੈ ਹਾਂਜੀ ਨਾਮੀ ਰਮਲਾ ਜੀ ਨੇ ਉਹਨਾਂ ਨੇ ਗਾਇਆ ਉਹਨਾਂ ਦੇ ਨਾਲ ਮੇਰੀ ਪਹਿਲੀ ਟੇਪ ਆਈ ਸੀ ਜਵਾਨੀ ਤੇਰੀ ਉੱਪਰ ਇਹ ਤੁਹਾਡਾ ਸਟਾਈਲ ਵੀ ਥੋੜ੍ਹਾ ਰਮਲਾ ਜੀ ਵਾਲਾ ਹਾਂਜੀ ਮੈਂ ਰਮਲੇ ਤੋਂ ਉਹਨਾਂ ਤੋਂ ਬਹੁਤ ਪ੍ਰੇਰਕ ਲੱਗਦੇ ਹੋ ਰਮਲੇ ਤੋਂ ਵੀ ਮੈਂ ਪ੍ਰਭਾਵਿਤ ਹਾਂ ਪ੍ਰਭਾਵਿਤ ਹੋ ਕਿਉਂਕਿ ਉਹਨਾਂ ਦੇ ਨਾਲ ਵੀ ਆਪਣਾ ਮੌਕਾ ਮਿਲਿਆ ਮੈਨੂੰ ਕੰਮ ਕਰਨ ਦਾ ਸੰਗ ਕਰਨ ਦਾ ਉਹਨਾਂ ਦੇ ਨਾਲ ਅਕਸਰ ਹੁਣ ਵੀ ਮਿਲਦੇ ਰਹਿੰਦੇ ਹਾਂ ਠੀਕ ਹੈ ਹੁਣ 'ਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਮੈਂ ਫਿਰ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਤੇ ਇਤਿਹਾਸਿਕ ਸਿੰਗਰ ਹੈ ਜਿਹਨਾਂ ਦਾ ਉਹਨਾਂ ਦਾ ਮਹਾਰਾਜ ਦੁਗਾਣਿਆਂ ਦੇ ਵਿੱਚ ਜਿਹਨਾਂ ਦਾ ਵਿੱਚ ਦਾ ਕਲਾਕਾਰ ਉਹਨਾਂ ਨੂੰ ਰੱਬ ਮੰਨਦੇ ਇੱਕ ਥੰਮ ਹੈ ਮੈਂ ਵੀ ਮੰਨਦਾ ਗੀਤ ਲਿਖਿਆ ਮੇਰਾ ਤੇ ਇਹ ਰਿਕਾਰਡ ਹੋ ਚੁੱਕਾ ਕਿਸੇ ਹੋਰ ਕਲਾਕਾਰ ਦੀ ਬਾਰੇ ਆਹ
ਹੀ ਨਹੀਂ ਪਾਉਂਦੀ ਡਰਾਈਵਰ ਪਹੀਆਂ ਵਾਸਤੇ, ਅਤੇ ਇੱਦਾਂ ਦਾ ਕੋਈ ਗੀਤ ਜਿਹੜਾ ਤੁਹਾਡਾ ਮਕਬੂਲ ਗੀਤ ਹੋਵੇ ਜਾਂ ਤੁਹਾਡੇ ਦਿਲ ਦੇ ਨੇੜੇ ਹੋਵੇ ਜਾਂ ਤੁਹਾਨੂੰ ਵਧੀਆ ਲਿਖਿਆ ਹੋਵੇ ਜਾਂ ਤੁਹਾਡਾ ਕਿਸੇ ਦਾ ਲਿਖਿਆ ਤੁਸੀਂ ਗਾਇਆ ਹੋਵੇ, ਉਹ ਤੁਹਾਨੂੰ ਟਰੱਕ ਵਾਲਾ ਗੀਤ ਸੁਣਾਉਂਦੇ? ਮੇਰੀ ਇੱਕ ਕੈਸਟ ਆਈ ਸੀ ਅੱਲੜੇ ਜਵਾਨ ਹੋ ਗਈ ਜੋ ਬਠਿੰਡੇ ਤੋਂ ਪਾਇਲ ਕੰਪਨੀ ਨੇ ਰਿਲੀਜ਼ ਕੀਤੀ ਸੀ, ਉਹਦੇ ਵਿੱਚ ਸੋਰੋ ਗੀਤ ਹੈ ਉਹ ਟਰੱਕ ਡਰਾਈਵਰ ਦਾ, ਪੇਸ਼ ਕਰ ਲੱਗਾ ਟਰੱਕ ਡਰਾਈਵਰ।